ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਪੂਰੀ ਫੈਮਿਲੀ ਠੀਕ ਹੋਊਗੀ ਆਪਣਾ ਤੇ ਆਪਣਿਆਂ ਦਾ ਖਿਆਲ ਰੱਖ ਰਹੀ ਹੋਗੇ ਅੱਜ ਆਪਾਂ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਇੱਕ ਅਜੀਹੀ ਕਹਾਣੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਇੱਕ ਵਾਰ ਸੋਚਣ ਲਈ ਮਜਬੂਰ ਹੋ ਜਾਓਗੇ ਕਿਵੇਂ ਇਨਸ਼ੋਰੈਂਸ ਦੇ 18 ਕਰੋੜ ਰੁਪਏ ਲਈ ਇੱਕ ਪਤੀ ਨੇ ਆਪਣੀ ਪਤਨੀ ਦੀ ਹਤਿਆ ਕਰ ਦਿੱਤੀ ਸੀ ਕੀ ਸੀ ਇਹ ਕਹਾਣੀ ਅੱਗੇ ਦੇਖਦੇ ਹਾਂ 17 ਮਈ 2018 ਨੂੰ ਇੰਗਲੈਂਡ ਵਿੱਚ ਰਾਤ ਕਰੀਬ 8:30 ਵਜੇ ਪੁਲਿਸ ਨੂੰ ਇੱਕ ਕਾਲ ਆਉਂਦੀ ਹੈ ਕਾਲ ਕਰਨ ਵਾਲਾ ਦੱਸਿਆ ਪੁਲਿਸ ਨੂੰ ਉਹ ਥੋੜੀ ਦੇਰ ਲਈ ਘਰੋਂ ਬਾਹਰ ਗਿਆ ਸੀ ਕੁਝ ਖਾਣ ਪੀਣ ਦਾ ਸਮਾਨ ਲੈਣ ਲਈ ਪਰ ਜਦੋਂ ਹੀ ਘਰੇ ਵਾਪਸ ਆਇਆ ਤਾਂ ਘਰ ਦਾ ਸਾਰਾ ਸਮਾਨ ਵਿਖਰਿਆ ਹੋਇਆ ਇੰਜ ਲੱਗ ਰਿਹਾ ਜਿਵੇਂ ਚੋਰੀ ਹੋਈ ਹੋਵੇ ਉਸਨੇ ਪੁਲਿਸ ਨੂੰ ਦੱਸਿਆ ਵੀ ਜਿਹੜੀ ਉਹਦੀ ਵਾਈਫ ਹੈ ਉਹ ਬੇਹੋਸ਼ ਹੋਈ ਹੋਈ ਹੈ ਤੇ ਉਹਦੇ ਜਿਹੜੇ ਹੱਥ ਪੈਰ ਹੈ ਉਹ ਇੱਕ ਟੇਪ ਨਾਲ ਬੰਨ ਕੇ ਰੱਖੇ ਹੋਏ ਹੈਗੇ ਤਾਂ ਪੁਲਿਸ ਵਾਲੇ ਉਸ ਨੂੰ ਕਹਿੰਦੇ ਕਿ ਤੂੰ ਘਬਰਾਉਣਾ ਨਹੀਂ ਆ ਅਸੀਂ ਜਲਦੀ ਹੀ ਐਂਬੂਲੈਂਸ ਭੇਜ ਰਹੇ ਹਾਂ ਫਿਰ ਮitesh پولیس ਨੂੰ ਕਹਿੰਦਾ ਵੀ ਮੇਰੀ ਵਾਈਫ ਦੇ ਜਿਹੜਾ ਗਲੇ ਤੇ ਕਾਫੀ ਗਹਿਰਾ ਨਿਸ਼ਾਨ ਪਿਆ ਹੋਇਆ ਜਿੱਦਾਂ ਚਾਕੂ ਨਾਲ ਬਾਰ ਹੋਇਆ ਹੋਵੇ ਮitesh ਦੇ ਘਰੇ ਐਂਬੂਲੈਂਸ ਦੇ ਨਾਲ-ਨਾਲ ਪੁਲਿਸ ਵੀ ਪਹੁੰਚ ਚੁੱਕੀ ਸੀ ਮitesh ਦੀ ਉਮਰ 37 ਸਾਲ ਹੈ ਤੇ ਉਹਦੀ ਵਾਈਫ ਜੈਸਿਕਾ ਦੀ ਉਮਰ 34 ਸਾਲ ਦੋਨੋਂ ਹੀ ਭਾਰਤੀ ਮੂਲ ਦੇ ਵਾਸੀ ਨੇ ਇੰਡੀਅਨ ਨਹੀਂ ਪਰ ਉਹਨਾਂ ਨੇ ਆਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੰਗਲੈਂਡ ਵਿੱਚ ਹੀ ਆਦੀ ਫਾਰਮੇਸੀ ਖੋਲ੍ਹ ਲਈ ਸੀਗੀ ਜਿਵੇਂ ਹੀ ਜੈਸਿਕਾ ਨੂੰ ਹਸਪੀਟਲ ਲਿਜਾਇਆ ਜਾਂਦਾ ਤਾਂ ਉਸ ਦੀ ਉਸ ਟਾਈਮ ਤੋਂ ਪਹਿਲਾਂ ਪਹਿਲਾਂ ਮੌਤ ਹੋ ਚੁੱਕੀ ਸੀ 2009 ਵਿੱਚ ਦੋਨਾਂ ਨੇ ਆਪਦੀ ਪਰਿਵਾਰ ਦੀ ਸ਼ਾਂਤੀ ਦੇ ਨਾਲ ਵਿਆਹ ਕਰਵਾਇਆ ਸੀ ਬਟ ਇਹ ਲਵ ਮੈਰੀ ਸੀਗੀ ਜੈਸਿਕਾ ਦਾ ਜਨਮ 1983 ਦੇ ਵਿੱਚ ਹੋਇਆ ਸੀ ਤੇ ਇਹ ਜੈਸਿਕਾ ਦੀਆਂ 6 ਭੈਣਾਂ ਨੇ ਤੇ ਇਹ 6 ਭੈਣਾਂ ਵਿੱਚੋਂ ਸਭ ਤੋਂ ਵੱਡੀ ਹੈ ਜੈਸਿਕਾ ਦੀ ਫੈਮਲੀ ਨੇ ਦੱਸਿਆ ਵੀ ਜੈਸਿਕਾ ਨੂੰ ਆਪਦੀ ਫੈਮਲੀ ਦੀ ਕੇਅਰ ਕਰਨਾ ਠੀਕ ਹੈ ਫਨ ਕਰਨਾ ਇਹ ਸਾਰਾ ਕੁਝ ਬਹੁਤ ਪਸੰਦ ਸੀ ਇੰਗਲੈਂਡ ਵਿੱਚ ਹੀ ਜੈਸਿਕਾ ਨੇ ਆਪਣੀ ਫਾਰਮੇਸੀ ਦੀ ਪੜ੍ਹਾਈ ਪੂਰੀ ਕੀਤੀ ਸੀ ਉੱਥੇ ਨਿਤੇਸ਼ ਵੀ ਫਾਰਮੇਸੀ ਦੀ ਪੜ੍ਹਾਈ ਕਰਨ ਹੀ ਗਿਆ ਸੀ ਇਸ ਪੜ੍ਹਾਈ ਦੇ ਦੌਰਾਨ ਹੀ ਦੋਨੋਂ ਨੂੰ ਪਿਆਰ ਹੋ ਗਿਆ ਦੋਨਾਂ ਨੇ ਆਪਦੀ ਫੈਮਿਲੀ ਨੂੰ ਮਿਲਾ ਕੇ ਤੇ 2009 ਦੇ ਵਿੱਚ ਵਿਆਹ ਕਰਵਾ ਲਿਆ ਸੀ ਦੋਨੋਂ ਜਣੇ ਬਹੁਤ ਹੀ ਵਧੀਆ ਰਹਿ ਰਹੇ ਸੀ ਵਿਆਹ ਤੋਂ ਥੋੜਾ ਟਾਈਮ ਬਾਅਦ ਆਪਣੀ ਪਰਿਵਾਰ ਦੇ ਨਾਲ ਰਹਿਣ ਤੋਂ ਬਾਅਦ ਦੋਨਾਂ ਜਣਿਆਂ ਨੇ ਆਪਣੀ ਫਾਰਮੇਸੀ ਦੇ ਨੇੜੇ ਇੱਕ ਨਵਾਂ ਘਰ ਲੈ ਲਿਆ ਸੀ ਜਿਹਦੇ ਵਿੱਚੋਂ ਉਹਨਾਂ ਨੂੰ ਆਪਦੀ ਫਾਰਮੇਸੀ ਤੇ ਜਾਣਾ ਕਾਫੀ ਸੌਖਾ ਹੋ ਗਿਆ ਸੀਗਾ ਦੋਨਾਂ ਨੇ ਆਈਵੀਐਫ ਦੇ ਥਰੂ ਬੱਚਾ ਲੈਣ ਦਾ ਪਲਾਨ ਕੀਤਾ ਉਹਨਾਂ ਨੇ ਆਈਵੀਐਫ ਦੇ ਤਿੰਨ ਅਟੈਂਪਟ ਕੀਤੇ ਸੀ ਜਿਹੜੇ ਕਿ ਤਿੰਨੋਂ ਹੀ ਕਾਮਯਾਬ ਨਹੀਂ ਹੋਏ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 17 ਮਈ ਦੀ 17 ਮਈ 2018 ਵਾਲੇ ਦਿਨ ਸਵੇਰ ਹੀ ਜੈਸਿਕਾ ਆਪਦੀ ਫਾਰਮੇਸੀ ਜਾਂਦੀ ਹੈ ਉੱਥੇ ਆਪਦੀ ਸਾਰੇ ਕੰਮ ਕਰਦੀ ਹੈ ਉੱਥੇ ਹੀ ਜੈਸਿਕਾ ਦੇ ਪਾਪਾ ਆਉਂਦੇ ਆ ਜਿਹੜੇ ਉਹਨੂੰ ਮਿਲਦੇ ਆ ਉਸ ਨੂੰ ਕਹਿੰਦੇ ਆ ਵੀ ਹੁਣ ਤੁਸੀਂ ਆਪਣਾ ਕੰਮ ਕਰੋ ਜੈਸਿਕਾ ਨੂੰ ਕਹਿੰਦੇ ਆ ਵੀ ਆਪਾਂ ਸੰਡੇ ਨੂੰ ਮਿਲਦੇ ਹਾਂ ਜਦੋਂ ਜੈਸਿਕਾ ਫਾਰਮੇਸੀ ਜਾਂਦੀ ਸੀ ਤਾਂ ਮitesh ਰੋਜ਼ਾਨਾ ਦੀ ਤਰ੍ਹਾਂ ਜਿਮ ਜਿਮ ਚਲਾ ਗਿਆ ਮitesh ਨੇ ਦੱਸਿਆ ਵੀ ਉਹ ਕਰੀਬ 3:30 ਵਜੇ ਵਾਪਸ ਆ ਗਿਆ ਸੀ ਜਿਮ ਤੋਂ ਸ਼ਾਮ ਤੱਕ ਉਹ ਕੋਰੇ ਸੀਗਾ ਜਦ ਉਹਨੇ ਦੱਸਿਆ ਵੀ ਜੈਸਿਕਾ ਸ਼ਾਮ 7 ਵਜੇ ਦੇ ਕਰੀਬ ਘਰੇ ਆ ਗਈ ਸੀ ਵਾਪਿਸ ਜਦੋਂ ਘਰੇ ਵਾਪਸ ਆਈ ਤਾਂ ਮitesh ਆਪ ਦਾ ਲੈਪਟਾਪ ਲੈਣ ਲਈ ਤੇ ਕੁਝ ਥੋੜਾ ਬੋਤ ਖਾਣ ਪੀਣ ਦਾ ਸਮਾਨ ਲੈਣ ਲਈ ਘਰੋਂ ਬਾਹਰ ਚਲਾ ਗਿਆ ਤੇਸ਼ ਨੂੰ ਇਹ ਸਾਰਾ ਕੁਝ ਕਰਨ ਵਾਸਤੇ ਲਗਭਗ 40 ਮਿੰਟ ਦਾ ਸਮਾਂ ਲੱਗਿਆ ਤਾਂ 40 ਮਿੰਟ ਬਾਅਦ ਆਪਦਾ ਕੰਮ ਕਰਕੇ ਵਾਪਿਸ ਘਰੇ ਆ ਗਿਆ ਜਿਦੋਂ ਹੀ ਉਹ ਘਰੇ ਵਾਪਿਸ ਆਇਆ ਉਹਨੇ ਗੇਟ ਖੋਲਿਆ ਤਾਂ ਉਸਨੇ ਦੇਖਿਆ ਵੀ ਘਰ ਵਿੱਚ ਐਦਾਂ ਲੱਗਿਆ ਜਿਦਾ ਚੋਰੀ ਹੋ ਗਈ ਹੋਵੇ ਤੇ ਜੈਸਿਕਾ ਦੇ ਵੀ ਮੂੰਹ ਚੋਂ ਬਲੱਡ ਨਿਕਲ ਰਿਹਾ ਸੀ ਨੱਕ ਚੋਂ ਵੀ ਬਲੱਡ ਨਿਕਲ ਰਿਹਾ ਸੀ ਤਾਂ ਉਸਨੇ ਘਬਰਾਉਂਦੇ ਹੋਏ ਨਾਲ ਦੀ ਨਾਲ ਹੀ ਪੁਲਿਸ ਨੂੰ ਕਾਲ ਕੀਤੀ ਪੁਲਿਸ ਨੇ ਇੱਕ ਵਾਰ ਦੇਖਣ ਤੋਂ ਇਹ ਹੀ ਲੱਗਿਆ ਵੀ ਇਹ ਸ਼ਾਇਦ ਕਿਸੇ ਚੋਰੀ ਦੇ ਮੋਟਿਵ ਨਾਲ ਕੀਤਾ ਹੋ ਜਾਂ ਹੋ ਸਕਦਾ ਵੀ ਕਿਸੇ ਨੇ ਸੈਕਸ਼ੂਅਲੀ ਅਟੈਂਪਟ ਵੀ ਕੀਤਾ ਹੋਵੇ ਬਟ ਥੋੜੇ ਟਾਈਮ ਬਾਅਦ ਪੁਲਿਸ ਨੂੰ ਰਿਅਲਾਈਜ਼ ਹੋਇਆ ਵੀ ਇੱਥੇ ਕੋਈ ਵੀ ਫੋਰਸ ਐਂਟਰੀ ਦੇ ਨਿਸ਼ਾਨ ਨਹੀਂ ਆ। ਇਹ ਗੇਟ ਉਸੇ ਦਰਵਾਜ਼ੇ ਨੂੰ ਹੀ ਖੋਲਿਆ ਗਿਆ ਜਿਹਨੂੰ ਜੈਸਿਕਾ ਜਾਣਦੀ ਸੀ। ਤਾਂ ਇਟ ਮੀਨਸ ਇਹ ਇੱਕ ਕ੍ਰਾਈਮ ਹੋ ਸਕਦਾ ਹੈ, ਇੱਕ ਮਰਡਰ ਹੋ ਸਕਦਾ ਹੈ। ਇਸੇ ਕਰਕੇ ਹੀ ਪੁਲਿਸ ਨੇ ਸਭ ਤੋਂ ਪਹਿਲਾਂ ਜੈਸਿਕਾ ਦੇ ਜਾਨ ਪਛਾਣ ਵਾਲਿਆਂ ਦੀ, ਉਹਦੇ ਦੋਸਤਾਂ ਦੀ ਚੰਗੀ ਤਰ੍ਹਾਂ ਨਾਲ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇੱਕ ਹੋਰ ਖੁਲਾਸਾ ਹੋਇਆ ਜਿਸ ਦੇ ਵਿੱਚ ਪਤਾ ਲੱਗਿਆ ਵੀ ਜੈਸਿਕਾ ਦੀ ਜਿਹੜੀ ਮੌਤ ਹੈ ਇਹ ਦਮ ਘੁੱਟਣ ਨਾਲ ਹੋਈ ਆ। ਥੋੜੇ ਟਾਈਮ ਬਾਅਦ ਇਨਵੈਸਟੀਗੇਸ਼ਨ ਚੱਲਣ ਤੋਂ ਬਾਅਦ ਪੁਲਿਸ ਇੱਕ ਫੈਮਿਲੀ ਮੈਂਬਰ ਨੂੰ ਹੀ ਅਰੈਸਟ ਕਰ ਲੈਂਦੀ ਹੈ। ਇਹ ਸੁਣ ਕੇ ਦੋਨੋਂ ਫੈਮਿਲੀ ਮੈਂਬਰਸ ਹੀ ਥੋੜਾ ਝਟਕਾ ਲੱਗਦਾ ਉਹਨਾਂ ਨੂੰ ਵੀ ਇਹ ਹੋ ਕੀ ਰਿਹਾਗਾ। ਇਹ ਜਿਹਨੂੰ ਅਰੈਸਟ ਕੀਤਾ ਹੁੰਦਾ ਉਹ ਜੈਸਿਕਾ ਦਾ ਪਤੀ ਮਤੀਸ਼ ਸੀਕਾ। ਪੁਲਿਸ ਦਾ ਸਤੀਵੀ ਮਤੇਸ਼ ਨੇ ਕੁਝ ਵੀ ਨਹੀਂ ਦੱਸਿਆ ਸੀ ਪਰ ਜਦੋਂ ਉਹ ਤਫ਼ਤੀਸ਼ ਕਰ ਰਹੀ ਸੀ ਘਰ ਦੀ ਸ਼ਾਨਬੀਨ ਕਰ ਰਹੀ ਸੀ ਤਾਂ ਉਹਨਾਂ ਨੂੰ ਉਸ ਦੌਰਾਨ ਇੱਕ ਹਾਰਡ ਡਰਾਈਵ ਮਿਲੀ ਸੀ ਜਿਹਦੇ ਬਾਰੇ ਮਤੇਸ਼ ਨੇ ਉਹਨਾਂ ਕੋਲ ਕਦੇ ਕੋਈ ਗੱਲ ਨਹੀਂ ਕੀਤੀ ਸੀ ਜਿਹੜੀ ਉਹ ਹਾਰਡ ਡਰਾਈਵ ਸੀ ਉਹ ਸੀਸੀਟੀਵੀ ਕੈਮਰਾ ਦੀ ਸੀ ਉਸ ਹਾਰਡ ਡਰਾਈਵ ਵਿੱਚ ਦਿਖ ਰਿਹਾ ਸੀ ਵੀ ਮਤੇਸ਼ ਪੌਣੇ 8 ਤੋਂ ਲੈ ਕੇ 8:30 ਵਜੇ ਤੱਕ ਬਾਹਰ ਰਿਹਾ ਸੀ ਮੈਂ ਤਾਂ ਜੈਸਿਕਾ ਦੀ ਮੌਤ ਜਿਹੜੀ ਹੋਈ ਸੀ ਉਹ 7 ਤੋਂ ਲੈ ਕੇ 7:30 ਦੇ ਵਿੱਚ ਵਿੱਚ ਹੋਈ ਸੀ ਜਦੋਂ ਜੈਸਿਕਾ ਦੀ ਮੌਤ ਹੁੰਦੀ ਹੈ ਉਦੋਂ ਜਸਟ 5-6 ਮਿੰਟ ਪਹਿਲਾਂ ਹੀ ਘਰ ਦੇ ਸਾਰੇ ਸੀਸੀਟੀਵੀ ਕੈਮਰਾਸ ਡਿਸਕਨੈਕਟ ਕਰ ਦਿੱਤੇ ਸੀ ਪੁਲਿਸ ਨੇ ਇਹ ਵੀ ਦੱਸਿਆ ਵੀ ਮitesh ਤੇ Jessica ਇੱਕ ਐਪ ਯੂਜ਼ ਕਰਦੇ ਸੀਗੇ ਜਿਹੜੀ ਐਪ ਸੀਗੀ ਉਹਦੇ ਨਾਲ ਉਹਨਾਂ ਨੂੰ ਪੂਰੀ ਹੈਲਥ ਦਾ ਡੇਲੀ ਦਾ ਹੀ ਕਾਊਂਟ ਹੁੰਦਾ ਸੀ ਉਸ ਐਪ ਰਾਹੀਂ ਇਹ ਪਤਾ ਲੱਗਦੇ ਸੀ ਵੀ ਤੁਸੀਂ ਕਿੰਨੇ ਕਦਮ ਚੱਲੇ ਹੋ 7 ਤੋਂ ਲੈ ਕੇ 8 ਦੇ ਵਿੱਚ ਵਿੱਚ ਜੋ ਵੀ ਆਇਆ ਸੀ ਉਸ ਐਪ ਦੇ ਵਿੱਚ ਉਹ ਇਹ ਸੀਗਾ ਵੀ ਜੈਸਿਕਾ ਬਿਲਕੁਲ ਵੀ ਹਿੱਲ ਹੀ ਨਹੀਂ ਸੀਗੀ ਐਂਡ ਮਤੇਸ਼ ਸੀ ਜਿਹੜਾ ਉਹ ਇਧਰ ਉਧਰ ਭੱਜ ਰਿਹਾ ਸੀ ਘਰ ਦੇ ਵਿੱਚ ਇਹ ਉਹ ਸਾਰਾ ਕੁਝ ਉਸ ਐਪ ਦੇ ਵਿੱਚ ਰਿਕਾਰਡ ਹੋ ਰਿਹਾ ਸੀ ਉਸ ਐਪ ਦੇ ਵਿੱਚ ਇਹ ਵੀ ਰਿਕਾਰਡ ਹੋ ਗਿਆ ਸੀਗਾ ਕਿ ਜੈਸਿਕਾ ਦਾ ਫੋਨ ਹੈ ਜਿਹੜਾ ਉਹ 14 ਕਦਮ ਤੱਕ ਚੱਲਿਆ ਸੀ ਮਤਲਬ ਜਿਹੜਾ ਮitesh ਸੀ ਉਸ ਨੇ ਉਹਦਾ ਫੋਨ ਹੈ ਜਿਹੜਾ ਤੂੰ ਹੋਰ ਕਿਤੇ ਲੈ ਜਾ ਕੇ ਥੋੜੀ ਦੂਰ ਲੈ ਜਾ ਕੇ ਸਿੱਟਦਾ ਸੀ ਤਾਂ ਕਿ ਇਹ ਲੱਗੇ ਵੀ ਇਹ ਸਾਰਾ ਕੁਝ ਚੋਰੀ ਕਰਕੇ ਹੀ ਹੋਇਆ ਹੈ ਮitesh ਗਏ ਸੀਗਾ ਉਹ ਆਦਮੀਆਂ ਦੇ ਨਾਲ ਹੀ ਡੇਟ ਤੇ ਜਾਂਦਾ ਸੀ ਮitesh ਦੀ ਦੋਸਤੀ ਪਿਛਲੇ 8 ਸਾਲ ਤੋਂ ਇੱਕ ਅਮਿਤ ਪਟੇਲ ਦੇ ਨਾਮ ਦੇ ਸਖਸ਼ ਨਾਲ ਸੀ ਜਦੋਂ ਮitesh ਦੇ ਫੋਨ ਦੀ ਗੂਗਲ ਹਿਸਟਰੀ ਦੇਖੀ ਗਈ ਤਾਂ ਉਹਦੇ ਵਿੱਚ ਮitesh ਕਾਫੀ ਸਮੇਂ ਤੋਂ ਇਹ ਦੇਖ ਰਿਹਾ ਸੀਗਾ ਵੀ ਇੱਕ ਪਰਫੈਕਟ ਜਿਹੜਾ ਮਰਡਰ ਆ ਉਹ ਕਿਵੇਂ ਕੀਤਾ ਜਾਵੇ ਇਹ ਸਭ ਕੁਝ ਗੂਗਲ ਤੋਂ ਸਿੱਖ ਰਿਹਾ ਸੀ ਮਿਤੇਸ਼ ਨੇ ਕੁਝ ਟਾਈਮ ਪਹਿਲਾਂ ਜੈਸਿਕਾ ਦਾ ਇੱਕ ਲਾਈਫ ਇੰਸ਼ੋਰੈਂਸ ਕਰਵਾਇਆ ਸੀਗਾ ਜਿਹੜਾ ਕਿ ਲਗਭਗ 18 ਕਰੋੜ ਸੀ ਉਹਦੇ ਵਿੱਚ ਇਹ ਸੀਗਾ ਵੀ ਜੇ ਜੈਸਿਕਾ ਨੂੰ ਕੁਝ ਹੋ ਜਾਂਦਾ ਤਾਂ ਉਹ ਜਿੰਨਾ ਵੀ ਪੈਸਾ ਸੀ ਉਹ ਸਾਰਾ ਮਿਤੇਸ਼ ਨੂੰ ਮਿਲੂਗਾ ਪੁਲਿਸ ਰਿਮਾਂਡ ਦੇ ਦੌਰਾਨ ਮਿਤੇਸ਼ ਦੱਸਦਾ ਵੀ ਮੇਰਾ ਪਲਾਨ ਇਹ ਸੀਗਾ ਵੀ ਮੈਂ ਜੈਸਿਕਾ ਨੂੰ ਮਾਰ ਕੇ ਕਰੋੜਾਂ ਰੁਪਏ ਲੈ ਕੇ ਡਾਕਟਰ ਜਿਹੜਾ ਦੂਸਰਾ ਸੀ ਜਿਹਦੇ ਨਾਲ ਉਹਦਾ ਅਫੇਅਰ ਚੱਲ ਰਿਹਾ ਸੀ ਉਹਦੇ ਨਾਲ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਊਗਾ ਜੈਸਿਕਾ ਦੇ ਛੋਟੇ ਪੈਨ ਨੇ ਦੱਸਿਆ ਵੀ ਇਹ ਸਾਰਾ ਕੁਝ ਜੈਸਿਕਾ ਜਾਣਦੀ ਸੀ ਉਹਨੂੰ ਇਹ ਵੀ ਪਤਾ ਸੀ ਵੀ ਜਿਹੜਾ ਮਤੇਸ਼ਾ ਉਹ ਗਏ ਆ ਤੇ ਉਹ ਮੁੰਡਿਆਂ ਨਾਲ ਗੱਲਾਂ ਕਰਦਾ ਪਰ ਮਤੇਸ਼ ਨੇ ਜੈਸਿਕਾ ਨਾਲ ਪ੍ਰੋਮਿਸ ਕੀਤਾ ਸੀ ਵੀ ਉਹ ਅੱਗੇ ਤੋਂ ਇਹੋ ਜਿਹਾ ਕੁਝ ਵੀ ਨਹੀਂ ਕਰੂਗਾ ਉਹ ਲਾਇਲ ਰਹੂਗਾ ਤੇਰੇ ਨਾਲ ਇੰਗਲੈਂਡ ਦੇ ਕੋਰਟ ਨੇ ਸਾਰਾ ਕੁਝ ਤਫ਼ਤੀਸ਼ ਕਰਨ ਤੋਂ ਬਾਅਦ ਮਿਤੇਸ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜੇਕਰ ਤੁਹਾਨੂੰ ਕ੍ਰਾਈਮ ਸਟੋਰੀਆਂ ਸੁਣਨ ਵਿੱਚ ਇੰਟਰਸਟ ਹੈ ਤਾਂ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਐਂਡ ਕਮੈਂਟ ਬਾਕਸ ਵਿੱਚ ਆਪਦੀ ਰਾਏ ਦੇਣਾ ਬਿਲਕੁਲ ਨੀ ਭੁੱਲਣਾ